ਅੱਗੇ ਜਾਣਕਾਰੀ ਜੋ ਭਾਰਤ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਦੱਸਿਆ ਹੈ ਕਿ ਜੋ ਕਾਲਜਸ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਕਰਵਾਉਣ ਵਾਲੇ ਹੁੰਦੇ ਨੇ ਯਾਨੀ ਕਿ ਦਾਖਲਾ ਕਰਾਉਂਦੇ ਨੇ ਰਿਕਰੂਟਰਸ ਨੇ ਉਹਨਾਂ ਤੋਂ ਇਮੀਗ੍ਰੇਸ਼ਨ ਦੇ ਕੰਮ ਦੀ ਸਲਾਹ ਨਾ ਲਈ ਜਾਵੇ ਸਿਰਫ ਉਹ ਜਿਹੜੇ ਕਿ ਲੀਗਲ ਤੌਰ ਦੇ ਉੱਤੇ ਇਮੀਗ੍ਰੇਸ਼ਨ ਦੇ ਕੰਮ ਦੀ ਸਲਾਹ ਦੇ ਸਕਦੇ ਨੇ ਤੇ ਉਹਨਾਂ ਨੂੰ ਮਾਨਤਾ ਪ੍ਰਾਪਤ ਹੈ ਤੇ ਨਾਲ ਹੀ ਜੇਕਰ ਉਹ ਰਿਕਰੂਟਰ ਵੀ ਨੇ ਤਾਂ ਹੁਸਲਾ ਦੇ ਸਕਦੇ ਨੇ ਪਰ ਜੇਕਰ ਉਹ ਸਿਰਫ ਦਾਖਲਾ ਕਰਵਾਉਣ ਵਾਲੇ ਨੇ ਤਾਂ कॉलेजिया यूनिवर्सिटी ਵਿੱਚ ਦਾਖਲਾ ਕਰਵਾਉਣ ਨਾਲ ਸੰਬੰਧਿਤ ਜਾਣਕਾਰੀ ਤੋਂ ਇਲਾਵਾ ਇਮੀਗ੍ਰੇਸ਼ਨ ਦੇ ਕੰਮ ਸਬੰਧੀ ਜਾਣਕਾਰੀ ਉਹਨਾਂ ਤੋਂ ਨਾ ਲਈ ਜਾਵੇ ਇਸ ਦੇ ਨਾਲ ਹੀ ਇੱਕ ਲਿੰਕ ਵੀ ਸਾਂਝਾ ਕੀਤਾ ਗਿਆ ਹੈ ਜੋ ਸੀ ਕਮੈਂਟ ਬਾਕਸ ਦੇ ਵਿੱਚ ਵੀ ਸਾਂਝਾ ਕਰ ਦਵਾਂਗੇ ਜਿੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਮੀਗ੍ਰੇਸ਼ਨ ਸਲਾਹਕਾਰ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਜਾਂ ਫਿਰ ਜੋ ਰਿਕਰੂਟਰ ਆਪਣੇ ਆਪ ਨੂੰ ਇਮੀਗ੍ਰੇਸ਼ਨ ਸਲਾਹਕਾਰ ਜੇਕਰ ਦੱਸ ਰਿਹਾ ਹੋਵੇ ਕਿ ਉਹ ਮੰਨਤਾ ਪ੍ਰਾਪਤ ਹੈ ਇਮੀਗ੍ਰੇਸ਼ਨ ਸਲਾਹਕਾਰ ਤਾਂ ਤੁਸੀਂ ਉਸ ਸੂਚੀ ਵੀ ਦੇਖ ਸਕਦੇ ਹੋ ਉਸ ਦੇ ਬਾਰੇ ਉਸ ਦੇ ਨਾਮ ਦੇ ਨਾਲ ਵੀ ਜਾਂਚ ਕਰ ਸਕਦੇ ਹੋ ਜੋ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਦੇ ਉੱਤੇ ਵੀ ਪੂਰੀ ਜਾਣਕਾਰੀ ਦਿੱਤੀ ਹੁੰਦੀ ਹੈ ਕਿ ਕਿਹਨਾਂ ਨੂੰ ਮਾਨਤਾ ਪ੍ਰਾਪਤ ਹੈ ਕਿ ਉਹ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਲਾਹਕਾਰ ਦੇ ਵਜੋਂ ਇਮੀਗ੍ਰੇਸ਼ਨ ਏਜੰਟ ਦੇ ਵਜੋਂ ਕੰਮ ਕਰ ਸਕਦੇ ਨੇ ਇਹ ਜਾਣਕਾਰੀ ਇਸ ਕਰਕੇ ਵੀ ਸਾਂਝੀ ਕੀਤੀ ਗਈ ਹੈ ਕਿਉਂਕਿ ਕਈ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਹਨਾਂ ਤੋਂ ਫੀਸ ਲੈ ਲਈ ਜਾਂਦੀ ਹੈ ਪਰ ਅੱਗੇ ਉਹਨਾਂ ਨੂੰ ਕੋਈ ਜਵਾਬ ਲੰਮਾ ਚਿਰ ਨਹੀਂ ਮਿਲਦਾ ਕਈ ਵਾਰ ਉਹ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਜਿਹੜਾ ਨਾ ਹੋਵੇ ਜਿਸ ਲਈ ਜ਼ਰੂਰੀ ਹੈ ਕਿ ਤੁਸੀਂ ਇਹ ਪੁਸ਼ਟੀ ਕਰੋ ਕਿ ਜਿਸ ਤੋਂ ਤੁਸੀਂ ਇਮੀਗ੍ਰੇਸ਼ਨ ਦੇ ਕੰਮ ਦੀ ਸਲਾਹ ਲੈ ਰਹੇ ਹੋ ਕਿ ਉਸ ਨੂੰ ਇਸ ਗੱਲ ਦੀ ਮਾਨਤਾ ਪ੍ਰਾਪਤ ਹੈ ਇਸ ਦੇ ਨਾਲ ਹੀ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਕਿ ਭਾਰਤ ਤੋਂ ਕੈਨੇਡਾ ਦੇ ਵਾਸਤੇ ਟਰੈਵਲ ਕਰਨ ਵਾਲਿਆਂ ਦੇ ਲਈ ਹੁਣ ਸਫ਼ਰ ਸੁਖਾਲਾ ਹੋ ਗਿਆ ਆਖਿਰ ਕਿਵੇਂ ਦਰਅਸਲ ਜਿਹੜੇ ਵੀ ਭਾਰਤ ਤੋਂ ਕੈਨੇਡਾ ਲਈ ਟ੍ਰੈਵਲ ਕਰ ਰਹੇ ਸਨ ਹੁਣ ਤੱਕ ਜਵਾਰੀ ਤੌਰ ਦੇ ਉੱਤੇ ਹਦਾਇਤ ਲਗਾਈ ਗਈ ਸੀ ਕਿ 에어ਪੋਰਟ ਦੇ ਉੱਤੇ ਜੋ ਲੈਬਰਾਟਰੀ ਮੌਜੂਦ ਹੈ ਉੱਥੇ ਹੀ ਪੀਸੀਆਰ ਟੈਸਟ ਕਰਵਾਇਆ ਜਾਵੇਗਾ 18 ਘੰਟੇ ਦੇ ਸਮੇਂ ਵਿੱਚ ਟੈਸਟ ਕਰਵਾਉਣਾ ਪਵੇਗਾ ਜਿਸ ਦੀ ਰਿਪੋਰਟ ਨੂੰ ਮੰਨਿਆ ਜਾਵੇਗਾ ਜਾਂ ਫਿਰ ਜੇਕਰ ਕੈਨੇਡਾ ਉੱਤੇ ਤੱਕ ਕਿਸੇ ਹੋਰ ਦੇਸ਼ ਵਿੱਚ ਸਟੇ ਹੁੰਦੀ ਸੀ ਤਾਂ ਉਹ ਤੀਜੇ ਦੇਸ਼ ਤੋਂ ਕੋਵਿਡ-19 ਦਾ ਟੈਸਟ ਕਰਵਾਉਣਾ ਪੈਂਦਾ ਸੀ ਜਿਸ ਕਰਕੇ ਕਈਆਂ ਨੂੰ ਕਈ ਦਿਨਾਂ ਵਾਸਤੇ ਉਸ ਤੀਜੇ ਦੇਸ਼ ਵਿੱਚ ਉਡੀਕ ਵੀ ਕਰਨੀ ਪੈਂਦੀ ਸੀ ਪਰ ਹੁਣ ਅਜਿਹਾ ਨਹੀਂ ਹੈ ਹੁਣ ਭਾਰਤ ਤੋਂ ਹੀ ਕਿਸੇ ਵੀ ਲੈਬਾਰਟਰੀ ਤੋਂ ਜਿਸ ਨੂੰ ਮਾਨਤਾ ਪ੍ਰਾਪਤ ਹੈ ਤੁਸੀਂ ਕੋਵਿਡ-19 ਦਾ ਪੀਸੀਆਰ ਟੈਸਟ ਕਰਵਾ ਸਕਦੇ ਹੋ ਜਿਸ ਦੀ ਰਿਪੋਰਟ ਨੂੰ ਮਾਨਤਾ ਮਿਲੇਗੀ ਜਦੋਂ ਤੁਸੀਂ ਕੈਨੇਡਾ ਵਿੱਚ ਪਹੁੰਚੋਗੇ ਸਿਰਫ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਉਹ ਰਿਪੋਰਟ ਕਿ 72 ਘੰਟੇ ਦੇ ਸਮੇਂ ਦੇ ਵਿੱਚ ਹੀ ਕਰਵਾਈ ਗਈ ਹੋਵੇ ਫਿਰ ਬੇਸ਼ੱਕ ਤੁਸੀਂ ਕਿਸੇ ਤੀਜੇ ਦੇਸ਼ ਦੇ ਰਾਹੀਂ ਹੋ ਕੇ ਆ ਰਹੇ ਹੋ ਤਾਂ ਵੀ ਉਸ ਨੂੰ ਮਾਨਤਾ ਮਿਲੇਗੀ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਦਾਖਲ ਹੋਣਾ ਹੈ ਤਾਂ ਇਮੀਗ੍ਰੇਸ਼ਨ ਅਧਿਕਾਰੀ ਦੇ ਵੱਲੋਂ ਉਸ ਨੂੰ ਮਾਨਤਾ ਦਿੱਤੀ ਜਾਵੇਗੀ ਜੋ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ